صلى الله عليك يا رسول الله صلى الله عليك يا حبيب الله يا رسول الله يا حبيب الله صلى الله عليك يا رسول الله صلى الله عليك يا حبيب الله أعوذ بالله من الشيطان الرجيم بسم الله الرحمن الرحيم ਮੇਰੇ ਦੋਸਤੋ ਤੇ ਮੇਰੇ ਇਸਲਾਮੀ ਪੈਨਪਰਾਓ ਬੱਚੋ ਅੱਜ ਤੁਹਾਨੂੰ ਮੈਂ ਉਹ ਤਰੀਕਾ ਦੱਸਣ ਲੱਗਾ ਜਿਹੜਾ ਤੁਸੀਂ ਕਹਿੰਦੇ ਹੋ ਨਾ ਬਾਬਾ ਜੀ ਇਸਤਖਾਰਾ ਕਰਨੇ ਆ ਸਾਨੂੰ ਨਜ਼ਰ ਕੁਛ ਨਹੀਂ ਆਉਂਦਾ ਇਸਤਖਾਰੇ ਵਿੱਚ ਸਾਨੂੰ ਪ੍ਰਾਪਤ ਪਤਾ ਨਹੀਂ ਲੱਗਦਾ ਹੈਗਾ ਇੰਨੇ ਦਿਨ ਤੱਕ ਇਸਤਖਾਰਾ ਕਰਨਾ ਨਹੀਂ ਸਭ ਰਾਤ ਨਜ਼ਰ ਖੁੱਲਦੀ ਨਹੀਂ ਲੋ ਬੱਚੋ ਅੱਜ ਤੁਹਾਨੂੰ ਮੈਂ ਜਿਹੜਾ ਤਰੀਕਾ ਦੱਸਣਾ ਤੁਸੀਂ ਉਸ ਤਰੀਕੇ ਨਾਲ ਪੜੋਗੇ ਤੇ ਇਨਸ਼ਾਅੱਲਾ ਤੁਹਾਨੂੰ ਪਹਿਲੇ 5-7 ਦਿਨ ਇਹਨੂੰ ਇਸ ਤਰ੍ਹਾਂ ਪੜੋ ਉਸ ਤੋਂ ਬਾਅਦ ਇਸਤਖਾਰਾ ਜਿਹੜਾ ਵੀ ਕਰੋਗੇ ਤੁਹਾਨੂੰ ਨਜ਼ਰ ਆਏ ਕਰੇਗਾ تو میرے پیارے بچوں پڑھنا تو سہی کی کرنا ہے صبح دی نماز پڑھنی کرنی ہے تے پڑھنا کرنا ایک تسبیح سلام ان کو الم رب رحیم بچوں صبح دی نماز پڑھیں ایک تسبیح کرنی سلام ان کو الم رب رحیم پھر دو ظہر دی نماز پڑھنی ہے پھر تو سہی پڑھنا سلام ان کو الم رب رحیم ایک تسبیح پھر پڑھنی تو سہی ہے دی پھر بچوں تو اسیر دی پڑھنی ہے پھر تو سہی پڑھنا سلام ان کو الم رب رحیم ایک تسبیح پوری سو والی ਫਿਰ ਮਗਰਬ ਦੀ ਪੜ੍ਹ ਕੇ ਫਿਰ ਤੁਸੀਂ ਇੱਕ ਤਸਬੀਹ ਪੜ੍ਹਨੀ ਹੈ ਸਲਾਮੁਨ ਕੌਲਮ ਰਬਿਰਹਿਮ ਬੱਚੋ ਜਦੋਂ ਮਗਰਬ ਦੀ ਕਰ ਪੜ ਲਓ ਉਸ ਤੋਂ ਬਾਅਦ ਇਸ਼ਾ ਦੀ ਨਮਾਜ਼ ਪੜ੍ਹ ਕੇ ਫਿਰ ਤੁਸੀਂ ਪੜਨਾ ਹੈ ਘੱਟ ਤੋਂ ਘੱਟ 1200 ਦਫ਼ਾ ਜ਼ਿਆਦਾ ਜ਼ਿਆਦਾ 1500 ਦਫ਼ਾ ਇਹ ਯਾਦ ਰੱਖਣਾ ਹੈ ਪੜਨਾ ਹੈ ਸਲਾਮੁਨ ਕੌਲ ਸਲਾਮੁਨ ਕੌਲਮ ਰਬਿਰਹਿਮ ਤੋਂ ਬਾਅਦ ਪੜਨਾ ਤੁਸੀਂ ਬੱਚੋ ਖਾਲੀ ਯਾ ਸਲਾਮੋ ਯਾ ਸਲਾਮੋ ਸਲਾਮੁਨ ਕੌਲਮ ਰਬਿਰਹਿਮ ਪੜਨਾ ਹੈ ਚਾਰ ਨਮਾਜ਼ਾਂ ਨਾਲ ਇੱਕ ਇੱਕ ਤਸਬੀਹ ਔਰ ਇਸ਼ਾਦ ਤੋਂ ਬਾਅਦ ਤੁਸੀਂ ਜਾਂ 1100 ਦਫਾ ਤੇ ਜਾਂ ਫਿਰ 1500 ਦਫਾ ਪੜਨਾ ਯਾ ਸਲਾਮੋ ਯਾ ਸਲਾਮੋ ਯਾ ਸਲਾਮੋ ਅੱਗੇ ਪਿੱਛੇ ਦਰੂਸ਼ ਰੱਖਣਾ ਹੈ ਬੱਚੋ ਤੇ ਇਨਸ਼ਾ ਅੱਲਾਹ ਤਾਲਾ ਚਾਹੇ ਚੰਦ ਦਿਨ ਪੜੋਗੇ ਉਸ ਤੋਂ ਬਾਅਦ ਸਤਗਾਰਾ ਕਰੋਗੇ ਤੁਹਾਡਾ ਸਤਗਾਰਾ ਖੁੱਲ ਜਾਏਗਾ ਅੱਲਾ ਦੀ ਤੁਹਾਡੀ ਰਹਿਮਤ ਹੋਏਗੀ ਤੇ ਫਿਰ ਤੁਸੀਂ ਇਨਸ਼ਾ ਅੱਲਾ ਤੁਹਾਨੂੰ ਹਰ ਚੀਜ਼ ਨਜ਼ਰ ਆਏਗੀ ਤੁਸੀਂ ਜਦੋਂ ਕਰੋ ਕਰਕੇ ਸਤਗਾਰਾ ਤੁਹਾਨੂੰ ਪਤਾ ਲੱਗ ਜਾਏਗਾ ਕਿਸ ਮਕਸਦ ਲਈ ਕਰਨਾ ਤੁਹਾਨੂੰ ਪਤਾ ਲੱਗੇਗਾ ਔਰ ਬੱਚੋ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਮੈਨੂੰ ਸਾਫਤਾਬ ਵਾਲਾ ਤੁਸੀਂ ਕਹਿੰਦੇ ਹੋ ਨਾ ਫੋਨ ਕਰੇ ਬਾਬਾ ਜੀ ਸਾਹਬ ਲਾ ਦੋ ਸਾਡਾ ਤੇ ਬੱਚੋ ਸਾਹਬ ਲਾਣਾ ਸਹੀ ਕੰਮ ਨਹੀਂ ਹੈਗਾ ਨਾ ਮੈਂ ਸਾਹਬ ਲਾਂਦਾ ਜਨਾ ਮੈਨੂੰ ਸਾਹਬ ਦਾ ਕੀ ਕਰੋ ਠੀਕ ਹੈ ਆਪਣਾ ਸਾਹਬ ਆਪ ਲਈਦਾ ਹੁੰਦਾ ਹੈ ਆਪਣੇ ਆਪ ਨੂੰ ਪਤਾ ਹੁੰਦਾ ਮੈਂ ਕੀ ਗਲਤ ਕੰਮ ਕਰ ਰਿਹਾ ਕਿ ਸਹੀ ਹੋ ਰਿਹਾ ਮੈਨੂੰ ਆਪਣੇ ਆਪ ਨੂੰ ਸਵਾਰੋ ਅੱਲਾ ਅੱਲਾ ਕਰੋ ਇਨਸ਼ਾ ਅੱਲਾ ਫਿਰ ਤੁਹਾਨੂੰ ਸਾਹਬ ਲਵਣ ਜ਼ਰੂਰਤ ਕਿਸੇ ਕੋਲ ਪੈਗੀ ਨਹੀਂ ਹਾਂ ਅੱਲਾ ਅੱਲਾ ਕਰੋ ਤੁਹਾਨੂੰ ਫਿਰ ਕੋਈ ਸਾਹਬ ਲਵਣ ਜ਼ਰੂਰਤ ਨਹੀਂ ਪੈਗੀ ਨੋ ਬੱਚੋ ਤੁਹਾਨੂੰ ਮੈਂ ਦੱਸਦਾ ਇਸ ਗਾਰਾ ਤੁਹਾਡਾ ਕਿਸ ਤਰ੍ਹਾਂ ਖੁੱਲੇਗਾ ਤੇ ਬੱਚੋ ਤੁਹਾਨੂੰ ਵੀਡੀਓ ਤੁਸੀਂ ਉਹਨਾਂ ਨੂੰ ਸਬਸਕ੍ਰਾਈਬ ਵੀ ਕਰਨਾ ਜੀ ਔਰ ਲਾਈਕ ਵੀ ਕਰਨਾ ਔਰ ਸ਼ੇਅਰ ਵੀ ਕਰਨਾ ਜੀ ਔਰ ਲੰਗਰ ਜਿਸਾ ਯਾਰਮੀ ਸ਼ਰੀਫ ਜ਼ਰੂਰ ਕਰ ਲਿਆ ਕਰੋ ਪਾਇਆ ਕਰੋ ਅੱਛਾ ਜੀ ਵਸਲਾਮ ਅਲੈਕਮ ਜੀ